ਸੱਜਣੋ ਅਤੇ ਮਿੱਤਰੋ, ਮੀਡੀਆ ਨਾਲ ਗੱਲ ਕਰਦੇ ਹਾਂ। ਅੱਜ ਖਾਨ ਸਾਹਿਬ ਨੇ ਕਿਹਾ ਹੈ ਜੀ ਕਿ ਜਿਹੜੇ ਜਮਹੂਰੀਅਤ ਦਾ ਨਾਅਰਾ ਲਾਉਂਦੇ ਸਨ ਉਹ ਬੂਟ ਦੇ ਅੱਗੇ ਲੇਟ ਗਏ। ਔਰ ਦੂਸਰਾ ਉਹਨਾਂ ਨੇ ਕਿਹਾ ਜੀ ਕਿ ਨਵਾਜ਼ ਸ਼ਰੀਫ ਜਿਹੜਾ ਕਹਿੰਦਾ ਸੀ ਕਿ ਵੋਟ ਨੂੰ ਇੱਜ਼ਤ ਦਿਓ, ਉਹਨੇ ਵੋਟ ਨੂੰ ਇੱਜ਼ਤ ਦੇਣ ਦੇ ਬਜਾਏ ਵੋਟ ਨੂੰ ਇੱਜ਼ਤ ਦੇ ਦਿੱਤੀ ਹੈ। ਖਾਨ ਸਾਹਿਬ, ਗੱਲ ਇਹ ਵੇ ਕਿ ਜਿੰਨੀ ਦੇਰ ਤੱਕ ਤੁਸੀਂ ਬੂਟ ਨੂੰ ਇੱਜ਼ਤ ਦਿੰਦੇ ਰਹੇ ਹੋ ਨਾ, ਉਨੀ ਦੇਰ ਤੱਕ ਤੁਸੀਂ ਵਜ਼ੀਰੇ ਆਜ਼ਮ ਰਹੇ ਹੋ। ਜਿਸ ਟਾਈਮ ਤੁਸੀਂ ਬੂਟ ਨੂੰ ਇੱਜ਼ਤ ਨਹੀਂ ਨਾ ਦਿੱਤੀ, ਤਾਂ ਉਸ ਟਾਈਮ ਤੁਹਾਨੂੰ ਉਹਨਾਂ ਚੁੱਕ ਕੇ ਜੇਲ੍ਹੇ ਸੁੱਟ ਦਿੱਤਾ ਹੈ। ਗੱਲ ਇੰਨੀ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਵਜ਼ਾਰਤ ਉਜ਼ਮਾ ਦੀ ਕੁਰਸੀ 'ਤੇ ਬਹਿੰਦੇ ਹੋ, ਸਾਰੇ ਜਿੰਨੇ ਵੀ ਸਿਆਸਤਦਾਨ ਹੋ, ਨਵਾਜ਼ ਸ਼ਰੀਫ ਹੈ, ਤੂੰ ਇਮਰਾਨ ਖਾਨ ਹੈ ਜਾਂ ਜ਼ਰਦਾਰੀ ਹੈ, ਪੀਪਲਸ ਪਾਰਟੀ ਹੈ, ਜੋ ਵੀ ਹੈ, ਉਹ ਸਾਰੇ ਬੂਟ 'ਤੇ ਹੀ ਬਹਿ ਕੇ ਆਉਂਦੇ ਨੇ। ਅਤੇ ਜਦੋਂ ਇੱਕ ਇਹ ਹਕੀਕਤ ਹੈ, ਇੱਥੇ ਇੱਕ ਸਿਸਟਮ ਚੱਲ ਰਿਹਾ, ਤਾਂ ਉਸ ਸਿਸਟਮ ਦੇ ਨਾਲ ਚੱਲਣਾ ਚਾਹੀਦਾ। ਫਿਰ ਤੁਹਾਨੂੰ ਇਨਕਲਾਬ ਯਾਦ ਆ ਜਾਂਦਾ ਜਿਸ ਵੇਲੇ ਤੁਹਾਨੂੰ ਉਸ ਕੁਰਸੀ ਤੋਂ ਲਾਹੁੰਦੇ ਨੇ, ਫਿਰ ਤੁਸੀਂ ਜੇਲ੍ਹਾਂ 'ਚ ਬਹਿ ਕੇ ਗੱਲਾਂ ਕਰਦੇ ਹੋ ਜੀ ਕਿ ਉਹ ਫਲਾਣਾ ਬੂਟ ਨੂੰ ਇੱਜ਼ਤ ਦੇ ਰਿਹਾ, ਫਲਾਣਾ ਬੂਟ ਨੂੰ ਇੱਜ਼ਤ ਦੇ ਰਿਹਾ। ਯਾਰ, ਤੁਸੀਂ ਸਾਰੇ ਇਸੇ ਤਰ੍ਹਾਂ ਹੀ ਆਏ ਹੋ, ਬੂਟਾਂ ਨੂੰ ਇੱਜ਼ਤ ਦੇ ਕੇ ਹੀ ਆਏ ਹੋ। ਅਤੇ ਇਹ ਜਦੋਂ ਤੁਹਾਨੂੰ ਇੱਕ ਗੱਲ ਦਾ ਪਤਾ ਹੈ, ਇੱਕ ਸਿਸਟਮ 75 ਸਾਲ ਤੋਂ ਇੰਝ ਹੀ ਚੱਲਦਾ ਪਿਆ, ਇਸ ਇੰਝ ਹੀ ਚੱਲਣਾ, ਤਾਂ ਫਿਰ ਤੁਸੀਂ ਉਹਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਨਾ, ਜਾਂ ਤੁਸੀਂ ਮਾਮੇ ਖਾਂ ਬਣੋਗੇ ਤਾਂ ਫਿਰ ਜੇਲ੍ਹਾਂ 'ਚ ਹੀ ਜਾਓਗੇ। ਇਹ ਹੀ ਹਾਲ ਹੋਏਗਾ।